ਸਤ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਰਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਆਰਮੀ ਕੈਂਟ ਵਿੱਚ ਜੋ ਰੈਲੀ ਭਰਤੀ ਆਪਣੀ 2023 ਆਊਟ ਕੀਤੀ ਗਈ ਹੈ 10ਵੀਂ ਆਈਟੀਆਈ ਠੀਕ ਡਿਪਲੋਮਾ ਗ੍ਰੈਜੂਏਟ 12ਵੀਂ ਵਾਲੇ ਠੀਕ ਅਲੱਗ-ਅਲੱਗ ਪੋਸਟਾਂ ਤੇ ਅਲੱਗ-ਅਲੱਗ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਅਲੱਗ-ਅਲੱਗ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਤੇ ਇਸ ਵਿੱਚ ਪੋਸਟਾਂ ਦੀ ਗੱਲ ਕਰੀਏ ਲਾਈਨਮੈਨ ਹੋ ਗਿਆ ਫਿਟਰ ਹੋ ਗਿਆ ਕੈਸ਼ੀਅਰ ਹੋ ਗਿਆ ਮੀਟਰ ਰੀਡਰ ਹੋ ਗਿਆ ਵਾਟ ਸਰਵੈਂਟ ਹੋ ਕੇ ਠੀਕ ਹੋਰ ਵੀ ਇਸ ਵਿੱਚ ਜੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਤੇ ਬਹੁਤ ਸਾਰ ਨਾਤੇ ਬਹੁਤ ਵਧੀਆ ਮੌਕਾ ਹੈ ਆਈਟੀਆ ਵਾਲਿਆਂ ਕੋਲ ਤੇ ਬਾਕੀ ਵੀ ਕੈਂਡੀਡੇਟ ਕੋਲ ਹੈਗਾ ਠੀਕ ਹੈ ਜੋ ਆਪਣੇ ਆਈਟੀ ਡਿਪਲੋਮਾ ਗ੍ਰੈਜੂਏਟ 10ਵੀਂ 12ਵੀਂ ਅਲੱਗ-ਅਲੱਗ ਪੋਸਟਾਂ ਤੇ ਅਲੱਗ-ਅਲੱਗ ਜੋ ਕੁਆਲਿਫੀਕੇਸ਼ਨ ਅਕੋਰਡਿੰਗ ਤੁਹਾਡੀ ਜੋ ਪੋਸਟਾਂ ਆਊਟ ਕੀਤੀਆਂ ਗਿਆ ਨੇ ਜੋ ਵੀ ਐਲੀਜੀਬਲ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਅਪਲਾਈ ਕਰ ਸਕਦੇ ਹੋ ਬਾਕੀ ਕੀ ਐਲੀਜੀਬਲ ਬੈਕਟੀਰੀਆ ਕੀ ਏਜ ਕੀ ਕੁਆਲਿਫੀਕੇਸ਼ਨ ਹੈ ਕਿਸ ਤਰ੍ਹਾਂ ਅਪਲਾਈ ਕਰਨਾ ਫੁੱਲ ਡਿਟੇਲ ਨਾਲ ਦੱਸਾਂਗਾ ਫੁੱਲ ਨੋਟੀਫਿਕੇਸ਼ਨ ਵਿੱਚ ਤਾਂ ਸਾਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਤੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿੱਪ ਤੇ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਗੱਲ ਕਰੀ ਤਾਂ ਪੋਸਟਾਂਸ ਵਿੱਚ ਜਿਵੇਂ ਪਹਿਲੀ ਪੋਸਟ ਆਊਟ ਕੀਤੀ ਗਈ ਟੀਕਸਟ ਕੋਲੈਕਟਰ ਦੀ ਹੋਗੀ ਠੀਕ ਹੈ ਉਸ ਤੋਂ ਬਾਅਦ ਆਪਣੀ ਸੈਨੀਟਰ ਹੋ ਗਿਆ ਇੰਸਪੈਕਟਰ ਹੋ ਗਿਆ ਮੋਟਰ ਪੰਪ ਅਟੈਂਡੈਂਟ ਦੀ ਹੋ ਗਈ ਡਰਾਫਟਸਮੈਨ ਹੋ ਗਿਆ ਲਾਈਨਮੈਨ ਹੋ ਗਿਆ ਠੀਕ ਫਿਟਰ ਇੱਥੇ ਵੇਖੋ ਲਾਈਨਮੈਨ ਦੀ ਵੀ ਆਊਟ ਕੀਤੀ ਗਈ ਤੇ ਫਿਟਰ ਦੀ ਵੀ ਆਊਟ ਕੀਤੀ ਗਈ ਹੈ ਜੂਨੀਅਰ ਅਸਿਸਟੈਂਟ ਹੋ ਗਿਆ ਠੀਕ ਉਸ ਤੋਂ ਬਾਅਦ ਅਸਿਸਟੈਂਟ ਜੋ ਟੀਚਰ ਹੋ ਗਿਆ ਸਟੈਨੋ ਟਾਈਪਿਸਟ ਹੋ ਗਿਆ ਮੀਟਰ ਰੀਡਰ ਹੋ ਗਿਆ ਵਾਟ ਸਰਵੈਂਟ ਹੋ ਗਿਆ ਕੈਸ਼ੀਅਰ ਹੋ ਗਿਆ ਤੇ ਹੋਰ ਵੀ ਇਸ ਵਿੱਚ ਜੋ ਇੱਥੇ ਮੈਂਸ਼ਨ ਕੀਤਾ ਗਿਆ ਠੀਕ ਹੈ ਜੋ ਇਹ ਪੋਸਟਾਂ 72 ਦੀਆਂ ਪੋਸਟਾਂ ਆਊਟ ਕੀਤੇ ਗਿਆ ਟੋਟਲ ਇੱਥੇ ਵੇਖ ਸਕਦੇ ਹੋ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਉਸ ਤੋਂ ਬਾਅਦ ਸੈਲਰੀ ਦਿੱਤੀ ਹੋਈ ਤੁਹਾਡੀ ਕਿੰਨੀ ਰਹੇਗੀ ਜਿਵੇਂ ਆਪਾਂ ਇੱਥੇ ਗੱਲ ਕਰਦੇ ਆ ਲਾਈਨਮੈਨ ਪੋਸਟ ਵਾਸਤੇ ਸੈਲਰੀ ਤੁਹਾਡੀ ਰਹੇਗੀ 5200 ਤੋਂ ਲੈ ਕੇ 2200 ਰੁਪਇਆ ਪਲੱਸ ਜੀਪੀ ਤੁਹਾਨੂੰ ਦਿੱਤਾ ਜਾਵੇਗਾ 1900 ਰੁਪਇਆ ਲੈਵਲ 2 ਤੇ ਤੁਹਾਡੀ ਜੋ ਸੈਲਰੀ ਰਹੇਗੀ ਤੇ ਉਸ ਤੋਂ ਬਾਅਦ ਏਜ ਲਿਮਟ ਇੱਥੇ ਮੈਂਸ਼ਨ ਕੀਤਾ ਗਿਆ ਚੈੱਕ ਕਰ ਸਕਦੇ ਹੋ ਸਾਈਡ ਤੇ ਦਿੱਤਾ ਏਜ ਲਿਮਟ ਤੇ ਲਗ ਲਗ ਪੋਸਟਾਂ ਦੇ ਅਕਾਊਂਟਿੰਗ ਤੁਹਾਡੀ ਜੋ ਇੱਥੇ ਏ ਇਹ ਜੀ ਤੁਹਾਡੀ ਰੱਖੀ ਗਈ 21 ਤੋਂ ਲੈ ਕੇ 30 ਸਾਲ ਉਸਤਵਾਰ ਇੱਥੇ ਵੇਖੋ ਕੁਆਲਿਫੀਕੇਸ਼ਨ ਤੁਹਾਡੀ ਮੰਗੀ ਗਈ ਜਿਵੇਂ ਆਪਾਂ ਗੱਲ ਕਰੀਦੇ ਲਾਈਨਮੈਨ ਵਿੱਚ ਤੁਹਾਡੀ ਕੁਆਲਿਫੀਕੇਸ਼ਨ ਕੀ ਰੱਖੀ ਗਈ ਹੈ ਹਾਈ ਸਕੂਲ ਸਾਇੰਸ ਯਾਨੀ ਕਿ 10ਵੀਂ ਤੁਸੀਂ ਕੀਤੀ ਉਸ ਵਿੱਚ ਜੋ ਸਾਇੰਸ ਸਬਜੈਕਟ ਹੋਣਾ ਚਾਹੀਦਾ ਹੈ ਤੇ ਆਈਟੀਏ ਤੁਸੀਂ ਸਰਟੀਫਿਕੇਟ ਕੀਤਾ ਇਲੈਕਟ੍ਰੀਕਲ ਟ੍ਰੇਡ ਨਾਲ ਕੀਤੀ ਹੋਣੀ ਚਾਹੀਦੀ ਆਈਟੀਏ ਇੱਥੇ ਮੈਂਸ਼ਨ ਕੀਤਾ ਗਿਆ ਚੈੱਕ ਕਰ ਸਕਦੇ ਹੋ ਅਲਾਈਨਮੈਂਟ ਵਾਸਤੇ ਤੇ ਉਸ ਤੋਂ ਬਾਅਦ ਅਗਲੀ ਜੋ ਪੋਸਟ ਹੈਗੀ ਹੈ ਫਿੱਟਰ ਦੀ ਠੀਕ ਹੈ ਫਿੱਟਰ ਵਾਸਤੇ ਆਪਾਂ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਹਾਈ ਸਕੂਲ ਸਾਇੰਸ ਤੇ ਮੈਥ ਯਾਨੀ ਕਿ ਆਪਣੀ 10ਵੀਂ ਤੁਸੀਂ ਕੀਤੀ ਉਸ ਵਿੱਚ ਤੁਹਾਡੇ ਜੋ ਸਬਜੈਕਟ ਹੋਣੇ ਚਾਹੀਦੇ ਸਾਇੰਸ ਤੇ ਮੈਥ ਹੋਣਾ ਚਾਹੀਦਾ ਹੈ ਤੇ ਆਈਟੀ ਤੁਸੀਂ ਕੀਤੀ ਹੋਣੀ ਚਾਹੀਦੀ ਆਪਣੀ ਫਿੱਟਰ ਟ੍ਰੇਡ ਵਿੱਚ ਤੇ ਇੱਥੇ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਉਸ ਤੋਂ ਬਾਅਦ ਸਿਲੈਕਸ਼ਨ ਮੋਡ ਆਫ ਸਿਲੈਕਸ਼ਨ ਦਿੱਤਾ ਹੈ ਜਿਵੇਂ ਤੁਹਾਡਾ ਰਿਟਨ ਐਗਜ਼ਾਮ ਹੋਵੇਗਾ ਉਸ ਤੋਂ ਬਾਅਦ ਸਕ ਸਤੇਗ ਜ਼ਾਮ ਹੋਵੇਗਾ ਤਾਂ ਕਿਸ ਤਰ੍ਹਾਂ ਸਕਿੱਲ ਟੈਸਟ ਹੋਵੇਗਾ ਤੇ ਸਾਰਾ ਕੁਝ ਇੱਥੇ ਦਿੱਤਾ ਹੈ ਚੈੱਕ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਪੀਡੀਐਫ ਮਿਲ ਜੇਗੀ ਮੇਰੇ ਵਟਸਐਪ ਤੇ ਟੈਲੀਗ੍ਰਾਮ ਗਰੁੱਪ ਵਿੱਚ ਤਾਂ ਲਿੰਕ ਵੀ ਦਿੱਤਾ ਡਿਸਕ੍ਰਿਪਸ਼ਨ ਬਾਕਸ ਵਿੱਚ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਤਾਂ ਜੁਆਇਨ ਜ਼ਰੂਰ ਕਰ ਲਓ ਤੇ ਇੱਥੇ ਲੱਗ ਲੱਗ ਪੋਸਟਾਂ ਦਿੱਤੀਆਂ ਉਸ ਤੋਂ ਬਾਅਦ ਕੈਟਾਗਰੀ ਵਾਈਜ਼ ਪੋਸਟਾਂ ਡਿਵਾਈਡ ਕੀਤੀਆਂ ਗਈਆਂ ਕਿਸ ਕੈਟਾਗਰੀ ਵਿੱਚ ਕਿੰਨੀਆਂ ਪੋਸਟਾਂ ਨੇ ਤੇ ਕਿਸ ਵਿੱਚ ਕਿੰਨੀਆਂ ਤੇ ਉਸ ਪਰ ਆਪਾਂ ਗੱਲ ਕਰੀ ਆਨਲਾਈਨ ਤੁਸੀਂ ਅਪਲਾਈ ਕਰਨਾ ਆਨਲਾਈਨ ਜੋ ਐਪਲੀਕੇਸ਼ਨ ਸਟਾਰਟ ਹੋ ਗਏ ਨੇ 17 12 2022 ਤੋਂ ਸਟਾਰਟ ਹੋ ਗਏ ਨੇ ਉਸ ਵਾਰ ਇਸ ਵਿੱਚ ਨਾ ਪੋਸਟਾਂ 10ਵੀਂ ਦੀ ਵੀ ਆਊਟ ਕੀਤੇ ਗਏ ਜਿਵੇਂ ਇੱਥੇ ਵੇਖ ਸਕਦੇ ਹੋ ਵਾਰਟ ਸਰਵਟ ਦੀ ਆਊਟ ਕੀਤੀ ਗਈ ਪੋਸਟ ਇਸ ਦੀ ਵੀ ਏਜ ਜੋ ਸੇਮ ਰਹੇਗੀ ਠੀਕ ਹੈ ਜੋ 5200 ਲੈ ਕੇ 2200 ਰੁਪਿਆ ਪਲੱਸ ਜੀਪੀ 1800 ਦਿੱਤਾ ਜਾਵੇਗਾ ਲੈਵਲ 1 ਤੇ ਤੁਹਾਡੀ ਜੋ ਸੈਲਰੀ ਰਹੇਗੀ ਇਸ ਵਿੱਚ 10ਵੀਂ ਕੀਤੀ ਤਾਂ ਅਪਲਾਈ ਕਰ ਸਕਦੇ ਹੋ ਠੀਕ ਹੈ ਇਸ ਵਿੱਚ ਤੁਹਾਡਾ ਰਿਟਨ ਐਗਜ਼ਾਮ ਹੋਵੇਗਾ ਰਿਟਨ ਟੈਸਟ ਹੋਵੇਗਾ ਤੇ ਉੱਤੇ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਪਲੱਸ 2 ਦੀ ਵੀ ਆਊਟ ਕੀਤੀ ਗਈ 10ਵੀਂ ਦੀ ਵੀ ਆਊਟ ਕੀਤੀਆਂ ਗਿਆ ਆਈਟੀ ਐਂਡ ਗ੍ਰੈਜੂਏਟ ਠੀਕ ਹੈ ਡਿਗਰੀ ਵਗੈਰਾ ਜੋ ਕੀਤੀ ਜਿੰਨਾ ਬੱਚਿਆਂ ਨੇ ਸਾਰਾ ਕੁਝ ਮੈਂਸ਼ਨ ਕੀਤਾ ਜਿਵੇਂ OBC ਨੂੰ 3 ਸਾਲ ਦੀ ਛੂਟ SC ਐਸਟੀ ਨੂੰ 5 ਸਾਲ ਦੀ ਛੂਟ ਤੇ ਬਾਕੀ ਸਾਰਾ ਕੁਝ ਚੈੱਕ ਆਪਣੇ ਕਰ ਸਕਦੇ ਹੋ ਏਜ ਜੋ ਆਪਣੀ ਛੂਟ ਦਿੱਤੀ ਜਾਂਦੀ ਹੈ ਆਲਗ-ਆਲਗ ਜੋ ਕੈਟਾਗਰੀ ਨੂੰ ਤੇ ਸਾਰਾ ਕੁਝ ਇੱਥੇ ਮੈਂਸ਼ਨ ਕੀਤਾ ਗਿਆ ਚੈੱਕ ਕਰ ਸਕਦੇ ਹੋ ਤੇ ਤੁਹਾਨੂੰ ਮੋਡ ਆਫ ਸਿਲੈਕਸ਼ਨ ਦਾ ਆਪਣਾ ਦਾਸ ਹੀ ਦਿੱਤਾ ਠੀਕ ਹੈ ਕੁਸ਼ਟ ਨੇ एग्जाम ਹੋਣਗੇ ਤੁਹਾਡੀ ਜੋ ਦੋ ਲੈਂਗੁਏਜ ਹੋਵੇਗਾ ਹਿੰਦੀ ਤੇ ਇੰਗਲਿਸ਼ ਵਿੱਚ ਜੋ ਵੀ ਤੁਸੀਂ ਕਰਨਾ ਚਾਹੁੰਦੇ ਕਰ ਸਕਦੇ ਹੋ ਸਾਰਾ ਕੁਸ਼ਣਾ ਮੈਂਸ਼ਨ ਕੀਤਾ ਗਿਆ ਚੈੱਕ ਕਰ ਸਕਦੇ ਹੋ ਇਨਸਟਰਕਸ਼ਨ ਵਗੈਰਾ ਦਿੱਤੀਆਂ ਨੇ ਇਸ ਨੂੰ ਪੜ੍ਹ ਲੈਣਾ ਅਪਲਾਈ ਕਰਨ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਹੀ ਅਪਲਾਈ ਕਰਨਾ ਤੇ ਉਸ ਬਾਰੇ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਜਨਰਲ ਜੋਗੇਣ ਬੱਚੇ ਐਕਸ ਸਰਵਿਸਮੈਨ ਡਿਪੈਂਡੈਂਟ ਜੋ ਆਪਣੇ ਕੈਂਡੀਡੇਟ ਹੈਗੇ ਨੇ OBC EWS ਇਹਨਾਂ ਵਾਸਤੇ ਰੱਖੀ ਗਈ ਫੀਸ 1500 ਰੁਪਿਆ ਤੇ ਉਸ ਵਾਰ एससी एसटी ਔਮਨ ਜੋ ਆਪਣੇ ਡਿਸੇਬਿਲਟੀ ਜਾਨਕੀ ਹੈਂਡੀਕੈਪ ਕੈਂਡੀਡੇਟ ਹੈਗੇ ਨੇ ਮਿਨਿਮ ਘੱਟੋ ਘੱਟ 40% ਤੋਂ ਘੱਟ ਤੇ ਉਹਨਾਂ ਦੀ ਫੀਸ ਹੈਗੀ 800 ਰੁਪਏ ਇੱਥੇ ਮੈਂਸ਼ਨ ਕੀਤਾ ਗਿਆ ਆਨਲਾਈਨ ਤੁਸੀਂ ਮੋਡ ਆਫ ਪੇਮੈਂਟ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਦਿੱਤੀ ਮੈਂਸ਼ਨ ਕੀਤੀ ਗਈ ਹੈ ਚੈੱਕ ਕਰ ਸਕਦੇ ਹੋ ਤੇ ਉਸ ਵਾਰ ਤੁਹਾਨੂੰ ਦੱਸ ਦਿੱਤਾ ਹੈ ਸਟ ਇੰਪੋਰਟੈਂਟ ਡੇਟ ਠੀਕ ਹੈ ਆਪਣੀ 16 ਜਨਵਰੀ 2023 ਦੀ ਲਾਸਟ ਡੇਟ ਇਸ ਤੋਂ ਪਹਿਲ ਪਹਿਲ ਤੁਸੀਂ ਅਪਲਾਈ ਕਰ ਲੈਣਾ ਹੈ ਤੇ ਬਾਕੀ ਸਾਰਾ ਕੁਝ ਦਿੱਤਾ ਹੈ ਐਲੀਜੀਬਿਲਟੀ ਕ੍ਰਾਈਟੇਰੀਆ ਦਾ ਕੈਂਡੀਡੇਟ ਮਸਟ ਬੀ ਆਪਣਾ ਸਟੀਜਨ ਜੋ ਆਫ ਇੰਡੀਆ ਇੰਡੀਆ ਦਾ ਕੋਈ ਬੱਚਾ ਇਸ ਤੇ ਉਸ ਵਾਰ ਸਾਲ ਇੰਟਰੈਕਸ਼ਨ ਵਗੈਰਾ ਦਿੱਤੀ ਹੈ ਨਿਸ ਨੂੰ ਪੜ ਲੈਣਾ ਅਪਲਾਈ ਕਰ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਹੀ ਅਪਲਾਈ ਕਰਨਾ ਤੇ ਹੁਣ ਆਪਾਂ ਗੱਲ ਕਰਦੇ ਆ ਪੋਸਟ ਪੋਸਟ ਕਿੱਥੋਂ ਆਊਟ ਕੀਤੀ ਗਈ ਪੋਸਟ ਆਊਟ ਕੀਤੀ ਗਈ ਕੈਂਟ ਬੋਰਡ ਆਗਰਾ ਆਗਰਾ ਵੱਲੋਂ ਜੋ ਆਪਣੀ ਭਰਤੀ ਆਊਟ ਕੀਤੀ ਗਈ ਕੈਂਟ ਜੋ ਗਣ ਸੋਹਣੀ ਬੋਰਡ ਜਿਹਨੂੰ ਆਪ ਕਹਿ ਸਕਦੇ ਆ ਆਗਰਾ ਵੱਲੋਂ ਜੋ ਪੋਸਟ ਆਊਟ ਕੀਤੀ ਗਈ ਜੋ ਵੀ ਐਲੀਜੀਬਲ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਆ ਅਪਲਾਈ ਕਰ ਸਕਦੇ ਹੋ ਅਪਲਾਈ ਕਰਨਾ ਜੇ ਆਨਲਾਈਨ ਅਪਲਾਈ ਕਰਨਾ ਹੈ ਇੰਡੀਆ ਦਾ ਕੋਈ ਬੱਚਾ ਇਸ ਵਿੱਚ ਅਪਲਾਈ ਕਰ ਸਕਦਾ ਠੀਕ ਇਹਨਾਂ ਨੇ ਵੈਬਸਾਈਟ ਵੀ ਮੈਂਸ਼ਨ ਕੀਤੀ ਗਈ ਹੈ ਆਪਣਾ agra.kent.gov.in ਇਸ ਤੇ ਵਿਜ਼ਟ ਕਰਕੇ ਅਪਲਾਈ ਕਰ ਸਕਦੇ ਹੋ ਤੇ ਜਾਣਕਾਰੀ ਅਸੀਂ ਅਪਡੇਟਸ ਤੁਹਾਡਾਂ ਨੂੰ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਸੀ ਜੇਕਰ ਤੁਹਾਡਾਂ ਮਨ 'ਚ ਕੋਈ ਵੀ ਡਾਊਟ ਕੋਈ ਸਵਾਲ ਤਾਂ ਮੈਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ